ਸਰਦਾਰ ਸੁਰਿੰਦਰ ਸਿੰਘ ਕੈਰੋਂ ਵਰਗੇ ਸਰਦਾਰ ਚੱਲਿਆ ਕਰਦੇ ਸੀ। ਸ਼ੇਰ ਇਸ ਕਰਕੇ ਕਹਿਣਾ ਕਿ ਲੂੰਬੜੀ ਭਾਵਾਂ ਕਿੰਨੀ ਚਲਾਕ ਹੋਵੇ, ਜੰਗਲ ਦਾ ਰਾਜਾ ਸ਼ੇਰ ਹੀ ਰਹਿੰਦਾ। ਉਹਦੇ 'ਚ ਜ਼ਰੂਰਤ ਹੁੰਦੀ ਹੈ, ਬਾਂਹ ਜਨਾ ਕੀ ਪਕੜੀਏ ਸਰਦੀ ਜੇ ਬਾਂਹ ਨਾ ਛੋੜੀਏ। ਗੁਰੂ ਸਾਹਿਬ ਨੇ ਆਖਿਆ ਉਹ ਬੰਦਾ ਨਰਕ ਹਾ ਸਕਦਾ ਹੈ ਜਿਹੜਾ ਦੁਸ਼ਮਣ ਦਾ ਵਿਗਾੜ ਸਕੇ ਤੇ ਦੋਸਤ ਦਾ ਕਿਸੇ ਦਾ ਸੰਵਾਰ ਸਕੇ। ਕਿਤਾਬ ਦੇ ਰਹੇ ਬੋਲੇ ਸੋਨਹਾਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਇਸ ਆਧੁਨਿਕ ਪੰਜਾਬ ਦੇ ਨਿਰਮਾਤਾ ਸਨ। ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਜੇ ਮੈਂ ਉਲੇਖ ਕਰਾਂਗਾ ਬਹੁਤਾ ਸਮਾਂ ਲੱਗ ਜਾਏਗਾ। ਉਹਨਾਂ ਨੇ ਨਾ ਸਿਰਫ ਪੰਜਾਬ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਈ ਬਲਕਿ ਹਿੰਦੂ ਸਿੱਖ ਏਕਤਾ ਦਾ ਇੱਕ ਨਵੀਂ ਮਿਸਾਲ ਕਾਇਮ ਕੀਤੀ। ਉਹਨਾਂ ਦੇ ਜਾਣ ਦੇ ਬਾਅਦ 10 ਸਾਲ ਇੱਕ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਆਤੰਕਵਾਦ ਦੀ ਵਜ੍ਹਾ ਕਰਕੇ ਸਮੁੱਚੇ ਪੰਜਾਬ ਦੇ ਲੋਕ ਦੁਖੀ ਸਨ। ਉਸ ਵੇਲੇ ਵੀ ਸਰਦਾਰ ਸੁਰਿੰਦਰ ਸਿੰਘ ਕੈਰੋਂ ਨੇ ਮਿਲ ਕੇ ਲੋਕਾਂ ਨੂੰ ਸਾਂਤਵਨਾ ਪ੍ਰਦਾਨ ਕੀਤੀ। ਸਰਦਾਰ ਸੁਰਿੰਦਰ ਸਿੰਘ ਕੈਰੋਂ ਜੋ ਕਿ ਵਕਤਨ ਪੱਤਰ ਮੇਰੇ ਪਾਸ ਮਹੀਨੇ 2 ਮਹੀਨੇ ਮੇਂ ਆਤੇ ਰਹਿਤੇ ਥੇ ਹਾਲ ਚਾਲ ਪੁੱਛਣੇ ਕੇ ਲੀਏ, ਉਹ ਆਏ ਚੰਡੀਗੜ੍ਹ ਤੋ ਉਹਨਾਂ ਨੇ ਇੱਕ ਫੋਟੋ ਦੇਖੀ ਜੋ ਸਰਦਾਰ ਪੰਡਿਤ ਜਵਾਹਰ ਲਾਲ ਨਹਿਰੂ 22 ਦਸੰਬਰ 22 ਅਕਤੂਬਰ 1963 ਕੀ ਜਿਸ ਦਿਨ ਭਾਖੜਾ ਦੇਸ਼ ਕੋ ਡੈਡੀਕੇਟ ਕੀਆ ਪੰਡਿਤ ਜਵਾਹਰ ਲਾਲ ਨਹਿਰੂ ਨੇ, ਉਸਮੇ ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪ੍ਰਤਾਪ ਸਿੰਘ ਕੈਰੋਂ ਔਰ ਮੇਰੇ ਸਵਰਗੀ ਪਿਤਾ ਜੀ ਕਿ ਉਹ ਸਿੰਚਾਈ ਮੰਤਰੀ ਸੀ, ਤਾਂ ਉਹਨਾਂ ਨੇ ਇੱਕ ਹੀ ਬਾਤ ਕਹੀ ਮੇਰੇ ਕੋਲ ਇਹ ਫੋਟੋ ਹੈ ਸਹਿ ਨਾ ਬਿਆਨ ਕੀਤਾ ਜਾ ਸਕਦਾ ਅਤੇ ਨਾ ਸਹਾਰਿਆ ਜਾ ਸਕਦਾ। ਕੈਰੋਂ ਪਰਿਵਾਰ ਇੱਕ ਪੰਜਾਬ ਦਾ ਹੀ ਨਹੀਂ ਬਲਕਿ ਸਾਰੇ ਦੇਸ਼ ਦਾ ਇੱਕ ਪ੍ਰਸਿੱਧ ਪਰਿਵਾਰ। ਮੈਂ ਸਮਝਦਾ ਕਿ ਇੰਨੀ ਵੱਡੀ ਸੇਵਾ ਸਮਾਜ ਦੀ ਸਿਆਸੀ ਤੌਰ 'ਤੇ, ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ ਸ਼ਾਇਦ ਹੀ ਕਿਸੇ ਨੇ 4 ਪੀੜ੍ਹੀਆਂ 'ਚ ਇੰਨੀ ਸੇਵਾ ਕੀਤੀ ਹੋਏ ਜਿੰਨੀ ਕੈਰੋਂ ਪਰਿਵਾਰ ਨੇ ਕੀਤੀ।
ਮੈਂ ਗੱਲਾਂ ਦੁਹਰਾਉਣਾ ਨਹੀਂ ਚਾਹੁੰਦਾ। ਸਰਦਾਰ ਸੁਰਿੰਦਰ ਸਿੰਘ ਕੈਰੋਂ ਤਿੰਨ ਦਫਾ ਉਹ ਪਾਰਲੀਮੈਂਟ ਦੇ ਮੈਂਬਰ ਬਣੇ, ਅਸੈਂਬਲੀ ਦੇ ਮੈਂਬਰ ਬਣੇ, ਔਰ ਉਹਨਾਂ ਨੇ ਵੀ ਆਪਣੇ ਪਿਤਾ ਜੀ ਅਤੇ ਦਾਦਾ ਜੀ ਅਤੇ ਨਕਸ਼ੇ ਕਦਮ 'ਤੇ ਚੱਲ ਕੇ ਇੱਥੇ ਬਹੁਤ ਵੱਡੀ, ਖਾਸ ਕਰਕੇ ਮਾਝੇ ਦੀ ਬਹੁਤ ਸੇਵਾ ਕੀਤੀ। ਔਰ ਮੈਂ ਕਹਿ ਸਕਦਾ ਉਹਨਾਂ ਦੀ ਮਾਝੇ ਦੀ ਸਿਆਸਤ ਦਾ ਉਹ ਬਹੁਤ ਵੱਡਾ ਇੱਕ ਧੁਰਾ ਸਨ। ਔਰ ਇਸ ਇਲਾਕੇ ਨਾਲ ਖਾਸ ਕਰਕੇ ਇੰਨਾ ਉਹਨਾਂ ਦਾ ਪਿਆਰ ਸੀ ਕਿ ਮੇਰਾ ਖਿਆਲ ਆ ਉਹਨਾਂ ਨੂੰ ਹਰ ਵਕਤ ਇਸ ਇਲਾਕੇ ਦੀ ਤਰੱਕੀ ਖੁਸ਼ਹਾਲੀ ਵਾਲੀ ਉਹਨਾਂ ਦਾ ਧਿਆਨ ਹੁੰਦਾ ਸੀ। ਪੰਜਾਬ ਅਸੈਂਬਲੀ ਵੱਲੋਂ ਸਰਦਾਰ ਨਿਰਮਲ ਸਿੰਘ ਜੀ ਕਾਲੋਂ, ਸਪੀਕਰ ਪੰਜਾਬ ਦੇ ਪਰਿਵਾਰ ਵੱਲੋਂ ਗੁਰਚਰਨ ਸਿੰਘ ਜੀ ਵਾਲੀਆ ਪ੍ਰਧਾਨ NRI ਸਭਾ ਤਰਨ ਤਾਰਨ ਜ਼ਿਲ੍ਹਾ। ਮੇਰੀ ਇੱਕੋ ਹੀ ਬੇਨਤੀ ਹੈ ਸੱਚੇ ਪਾਤਸ਼ਾਹ ਅੱਗੇ ਵੀ ਸਾਡਾ ਜੀ ਸਾਰਿਆਂ ਦਾ ਉਹੀ ਰਿਸ਼ਤਾ ਇੱਕ ਅਗਲੀ ਅਗਲੀ ਪੀੜ੍ਹੀ ਵਿੱਚ ਵੀ ਅਸੀਂ ਉਵੇਂ ਬਣਾ ਸਕੀਏ ਜਿਵੇਂ ਸਰਦਾਰ ਹਰਾ ਨੇ, ਚੌਧਰੀ ਦੇਵੀ ਲਾਲ ਜੀ ਦੇ ਪਰਿਵਾਰ ਸ਼ਾਲਾ ਸਾਹਿਬ ਨਾਲ, ਚੌਧਰੀ ਸਾਹਿਬ ਰਣਜੀਤ ਸਿੰਘ ਜੀ ਦੇ ਸਭਿੰਦਰ ਜੀ ਹੁੱਡਾ ਨਾਲ, ਸਾਰਿਆਂ ਨਾਲ ਹੋਰ ਇੱਥੇ ਆਏ ਨਾਲ ਬਣਾ ਕੇ ਰੱਖਿਆ ਦੂਰ ਦੂਰ ਥਾਈ, ਔਰ ਆਪ ਜੀ ਸਾਰਿਆਂ ਦੇ ਨਾਲ ਬਣਾ ਕੇ ਰੱਖਿਆ ਜਿਨ੍ਹਾਂ ਦੇ ਕੋਲ ਅਖੀਰਲੇ ਦਿਨਾਂ ਵਿੱਚ ਜਾ ਜਾ ਕੇ ਘਰਾਂ ਵਿੱਚ ਪਹੁੰਚ ਪਹੁੰਚ ਕੇ ਸੱਦ ਸੱਦ ਕੇ ਦਰਸ਼ਨ ਕੀਤੇ। ਮੈਂ ਤਾਂ ਸਮਝਦਾ ਕਿ ਉਹਨਾਂ ਨੂੰ ਕਿਸੇ ਤਰੀਕੇ ਪਤਾ ਸੀ ਵੀ ਮੈਂ ਚਲੇ ਜਾ, ਕਿਉਂਕਿ ਘਰਾਂ ਵਿੱਚ ਆ ਕੇ ਕਈ ਥਾਂ 'ਤੇ ਤਾਂ ਜਾ ਕੇ ਬੁਲਾ ਕੇ ਮਿਲ ਕੇ ਆਏ। ਉਹ ਹਮੇਸ਼ਾ ਕਹਿੰਦੇ ਸੀ ਮੈਂ ਚੱਲਦਾ ਫਿਰਦਾ ਹੀ ਜਾਊਂਗਾ ਆਪਦੇ ਪਿੰਡ ਵਿੱਚ, ਆਪਦੇ ਹਲਕੇ ਵਿੱਚ, ਆਪਦੇ ਲੋਕਾਂ ਦੇ ਵਿੱਚ ਜਿੱਥੇ ਮੈਂ ਬਚਪਨ ਕੱਟਿਆ ਮੈਂ ਉਹਨਾਂ ਵਿੱਚ ਹੀ ਜਾਊਂਗਾ। ਇੰਨਾ ਲੰਬਾ ਰਿਸ਼ਤਾ 100 ਸਾਲਾਂ ਦਾ ਕਾਇਮ ਕੀਤਾ। ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਜਿੱਥੇ ਉਹਨਾਂ ਦੀ ਰੂਹ ਨੂੰ ਆਪਾਂ ਸਾਰੇ ਬੇਨਤੀ ਕੀਤੀ, ਅਰਦਾਸ ਕੀਤੀ ਹੈ ਕਿ ਉਹ ਚਰਨਾਂ ਵਿੱਚ ਉਹਨਾਂ ਨੂੰ ਬਰਾਜਮਾਨ ਹੋਣ, ਬਖਸ਼ਿਸ਼ ਹੋਵੇ। ਉੱਥੇ ਇਹ ਵੀ ਹੈ ਜੀ ਕਿ ਵੀ ਆਪਣੇ ਰਿਸ਼ਤੇ ਉਵੇਂ ਹੀ ਇਹ ਕਾਇਮ ਰਹਿਣ, ਮਜ਼ਬੂਤ ਰਹਿਣ, ਔਰ ਸਾਨੂੰ ਸਾਰਿਆਂ ਨੂੰ ਇਹ ਬਲ ਹੋਵੇ ਵੀ ਆਪ ਜੀ ਸਾਰਿਆਂ ਦੇ ਨਾਲ ਉਹ ਸੇਵਾ ਕਰਨ ਦੀ ਭਾਵਨਾ ਜੋ ਜੋਤ ਬਾਬਾ ਨਿਹਾਲ ਸਿੰਘ ਨੇ ਜਲਾਈ ਹੈ ਅਸੀਂ ਉਹਨੂੰ ਬਰਕਰਾਰ ਰੱਖ ਪਾਈਏ।